رحم اللہ من کر الفاتحہ. بسم اللہ الرحمن الرحیم. الحمدللہ رب العالمین الرحمن الرحیم مالک یوم الدین ایاک نعبد و ایاک نستعین اهدنا الصراط المستقیم صراط الذین انعمت علیہم غیر المغضوب علیہم ولا الضالین. اللہم صلی علی محمد و آل محمد واجل فرجا آل محمد. بسم اللہ الرحمن الرحیم. تکلیف ہی نہ سمجھو تو این جھا کو پرچا کرو. اے پیچھا جڑے بہ گئے ہو اٹھین دیا تو بابا اٹھین دیا سو. وہ اپنی مرضی نہ لاونا اسی تو کوئی آوے سے. دعائے سب تو پہلے جو مولا تہاڈا اس پاک جہاتے اس پاک ذکر چ ٹرایا اپنی بارگاہ چ منظور فرماوے. جو جو نیک حاج نہ رکھ کے بیٹھے ہو کیونکہ یہ ذکر چ بندہ آندے ہی کچھ منگن واسطے مولا تہاڈیاں حاجتاں پوریاں فرماوے. اے اداداری اے ذکر صدا جویں سونا سن دے ہو بارہویں دے آون تک تہاڈیاں نسلاں چ آباد رہے. جتنے مومن بیمار ان مولا صحت کامل عطا فرما. ذکر دا ثواب بانیان دے جتنے مرحومین ٹر گئے انہاں دے روح کو پہنچے. مولا انہاں دے درجات بلند فرما. وعدہ وفا ہو گیا ذاکر ہون دی حیثیت نال نہیں بلکہ بانی ہون دی حیثیت نال حاضری. لمبی مجلس نہیں زحمت دیوان میرا مقصد نہیں. فقط چند منٹ ذکر مصحب. میں اون خان وعدے دا ذاکر ہاں تے جتنے بھی تساں بیٹھے ہو تساں اون خاندان دے ادادار ہو ملتان والے ہو جنہاں دے مرداں کول مستوراں دکھ ڈھیر ڈٹھے. میں تہاڈا ہک لمحہ ضائع نہیں کیتا. مستوراں دکھ ڈھیر ڈٹھے. ظلم دی ابتدا عہد رسالت تو تھئیے تے جوانو ظلم اج تک جاری ہے. ایویں ظلم جاری ہے نا. جڑے چپ کر کے بیٹھے ہو جڑے سوچیندے بیٹھے ہو اگر ظلم رک ویندا تا رات رک ویندی. اے خضرا دے کنارے تے بہ کے تڑے بارہویں امام دا رات رونا ہی گال دی دلیل ہے. ظلم ہن تک جاری ہے کیونکہ کافی وقت دی مجلس شروع ہے تے کافی سارے اباب پڑھ گئے. میں کو نہیں پتا پہلے پڑھن والے کیا پڑھ گئے پر میں سید ذاکر ہاں. آج میرا دل ہے میں اپنے وقت چ اپنی اون ڈاڈی دے دکھ تو کو سنا ماں جن دے تو دکھاں دی ابتدا ہوئی ہے. میں کو نہیں پتا تو آدھے مجمع کہ کو پتا ہے جو کہیں دے کو لکھاں دی ابتدا ہوئی ہے. او کون ہے او بی بی کون ہے جدہ تل مصحب زہرا دی ماں
ਜੇ ਕੋਈ ਹਾਲੇ ਤੱਕ ਹੀ ਸਮਝ ਨਾ ਆਈ ਹੋਵੇ ਮੈਂ ਸਮਝਾ ਕੇ ਪੜ੍ਹਨ ਦਾਦੀ ਹਾਂ। ਉਮੁਲ ਮਸਾਹਿਬ ਦੀ ਮਾਂ ਦੀ ਵੀ ਮਾਂ ਹੈ, ਉਮੁਲ ਮਸਾਹਿਬ ਮੁਸੀਬਤਾਂ ਦੀ ਮਾਂ, ਇਹ ਉਹਦੀ ਮਾਂ ਦੀ ਵੀ ਮਾਂ ਹੈ। ਬੀਬੀ ਮਲੀਕਾਤੁਲ ਅਰਬ, ਬੀਬੀ ਖਦੀਜਾਤੁਲ ਕੁਬਰਾ। ਅੱਜ ਮੈਂ ਆਪਣੇ ਮੁਖਤਸਰ ਜਿਹੇ ਵਕਤ ਵਿੱਚ ਇਹ ਬੀਬੀ ਦੀਆਂ ਫਜ਼ੀਲਤਾਂ ਸੁਣਦੇ ਹੋ, ਮੈਂ ਇਹ ਬੀਬੀ ਦੇ ਦੁੱਖ ਪੜ੍ਹਨੇ, ਕਿਉਂਕਿ ਇਹਦੇ ਤੋਂ ਹੋਈ ਹੈ ਦੁੱਖਾਂ ਦੀ ਇਬਤਦਾ। ਅਤੇ ਤਾਰੀਖ ਪੜ੍ਹ ਕੇ ਦੇਖੋ, ਜਿਤਨੇ ਇਮਾਮਤ ਅਤੇ ਅਹਿਸਾਨ ਆਲੀਆ ਸੈਨ ਦੇ ਹਨ ਨਾ, ਰਿਸਾਲਤ ਅਤੇ ਉਤਨੇ ਅਹਿਸਾਨ ਬੀਬੀ ਮਲੀਕਾਤੁਲ ਅਰਬ ਦੇ ਹਨ। ਸੁਣਦੇ ਬੈਠੇ ਹੋ, ਮੈਂ ਤੁਹਾਡੀ ਤਾਦਾਦ ਕੋ ਜ਼ਿਕਰ ਦੀ ਕਸਮ ਇਹ ਨਹੀਂ ਦੇਖਣਾ। ਮੈਂ ਕੋਸ਼ਿਸ਼ ਕਰੇ ਸਾਂ ਮੈਂ ਇਵੇਂ ਪੜ੍ਹਾਂ ਜਿਵੇਂ ਹਜ਼ਾਰਾਂ ਦੇ ਮਜਮੇ 'ਚ ਮਜਲਿਸ ਪੜ੍ਹੀਂਦੀ ਹੈ। ਮੁਲਤਾਨ ਵਾਲਿਓ, ਜਦੋਂ ਆਲੀਆ ਸੈਨ ਦਾ ਜ਼ਹੂਰ ਥਿਆ ਨਾ, ਦਈ ਹੱਥਾਂ 'ਤੇ ਚਾ ਕੇ ਨਬੀ ਕੋ ਦਿਖਾਉਣ ਵਾਸਤੇ ਗਿਣ ਗਈ। ਅੱਲਾਹ ਦੇ ਨਬੀ ਜਦੋਂ ਦਈ ਦੇ ਹੱਥਾਂ 'ਤੇ ਨਵਾਸੀ ਕੋ ਡਿੱਠੇ ਨਾ, ਇਸਤਕਬਾਲ ਵਾਸਤੇ ਆਪਣੀ ਜਹਾਦ ਤੋਂ ਉੱਠੀ ਖੜੇ। ਦਈ ਕੋਲ ਆ ਕੇ ਆਲੀਆ ਸੈਨ ਕੋ ਨਬੀ ਦੇ ਹੱਥਾਂ 'ਤੇ ਰੱਖੇ ਅਤੇ ਕਦਮਾਂ 'ਤੇ ਹੱਥ ਰੱਖ ਕੇ ਆਦੀ, ਅੱਲਾਹ ਦਾ ਨਬੀ ਧੀ ਦੀ ਉੱਠੀ ਕੇ ਇਸਤਕਬਾਲ ਕਰੇਂਦੇ ਅਤੇ ਵੱਤ ਧੀ ਦੀ ਉੱਠੀ ਕੇ ਇਸਤਕਬਾਲ। ਮੁਲਤਾਨ ਵਾਲੇ, ਉਹ ਧੀ ਦੇ ਇਸਤਕਬਾਲ ਵਾਸਤੇ ਉੱਠੀ ਖੜਦੇ ਹਨ ਨਾ। ਹਾਂ, ਕੋਈ ਪਿਓ 'ਤੇ ਵਾਜਿਬ ਤਾਂ ਨਹੀਂ ਆਉਂਦੀ ਧੀ ਦੀ ਤਾਜ਼ੀਮ, ਆਪਣੀ ਮਰਜ਼ੀ ਨਾਲ ਕਿਆ ਉੱਠਦੇ ਹਨ। ਕਈ ਦਫ਼ਾ ਮੇਰੀ ਮਖਦੂਮਾ ਬਾਬੇ 'ਤੇ ਸਵਾਲ ਕੀਤਾ, ਬਾਬਾ ਤਕਲੀਫ ਨਾ ਕੀਤੀ ਕਰੋ, ਬਾਬਾ ਮੈਂ ਸਾਹਮਣੇ ਆਉਂਦੀ ਹਾਂ, ਤੁਸੀਂ ਮੈਂ ਕੋਈ ਦੇਖ ਕੇ ਉੱਠੀ ਖੜਦੇ ਹੋ, ਦੀ ਦੇ ਸਰ 'ਤੇ ਬੋਸਾ ਦੇ ਕੇ ਫਰਮੈਂਦੇ ਨੇ, ਮੇਰੀ ਦੀ ਮੈਂ ਕੋਈ ਤੇਰੀ ਇਸਮਤ ਦੀ ਕਸਮ ਹੈ, ਮੈਂ ਆਪਣੀ ਮਰਜ਼ੀ ਨਾਲ ਨਾ ਉੱਠਦਾ, ਜਦੋਂ ਤੂੰ ਮੇਰੇ ਸਾਹਮਣੇ ਆਉਂਦੀ ਮੈਂ ਕੋ ਅੱਲਾਹ ਦੇ ਉੱਠੀ ਖੜ ਭਲਾ ਉਹਨੇ ਆਓ ਬਿਸਮਿਲ੍ਲਾ। ਬਾਅਦ ਵਿੱਚ ਇਖਤਤਾਮ ਵਿੱਚ ਪੜ੍ਹਨਾ ਨੇ ਬਿਸਮਿਲ੍ਲਾ, ਤੁਸੀਂ ਬਾਸੋ ਮੈਂ ਸ਼ੁਰੂ ਕਰੇ ਸੀ ਬਿਸਮਿਲ੍ਲਾ। ਮੇਰਾ ਮਕਸਦ ਮੈਂ ਪਹਿਲੇ ਦੱਸਿਆ, ਫਕਤ ਦੁਆ ਗਿਣਨ ਹੈ, ਬਿਰਾ ਗਈ ਹੈ, ਵੱਡਾ ਬਿਰਾ ਹੈ, ਪਿਓ ਦੀ ਜਾ ਹੈ, ਉਹਨੇ ਹੀ ਦੁਆ ਕਰਨੀ ਹੈ, ਯਕੀਨਨ ਤੁਸੀਂ ਹੀ ਦੁਆ ਕਰਦੇ ਬੈਠੇ ਹੋ। ਜਿਹਨਾਂ ਕੋਲ ਲਵ ਦੀ ਆਹ ਦਿਨ ਆਪਣੀ ਮਰਜ਼ੀ ਨਾਲ ਨਾ ਉੱਠਦਾ, ਤੂੰ ਸਾਹਮਣੇ ਆਉਂਦੀ ਮੈਂ ਕੋ ਅੱਲਾਹ ਦੇ ਉੱਠੀ ਖੜ। ਹੁਣ ਮੁਲਤਾਨ ਵਾਲਿਓ, ਮੈਂ ਮਿਹਨਤ ਕੱਢਾਂ ਕਹਿਣ ਦੀ ਨਹੀਂ ਕੀਤੀ, ਕਿਉਂਕਿ ਮੈਂ ਸਹੀ ਆਦਾ, ਮੈਂ ਜਾਣਦਾ ਅਦਾਦਾਰ ਦੇ ਦਿਲ 'ਚ ਆਉਂਦੀ ਹੈ ਕਬਰੇ ਹੁਸੈਨ। ਰੋਵਣ ਵਾਸਤੇ ਹੁੰਦੇ ਲਵ ਦਿਨ ਕੋਈ ਪੱਥਰ ਨਹੀਂ ਆਉਂਦੇ। ਜਿਤਨੇ ਵੀ ਬੈਠੇ ਹੋ ਜਿਹੜੇ ਹਾਲੇ ਤੱਕ ਸੁਚੈਂਦੇ ਬੈਠੇ ਹੋ, ਮੈਂ ਸ਼ੀਆ ਬੈਠੇ ਹੋ ਜਾਂ ਸੁੰਨੀ ਬੈਠੇ ਹੋ, ਸਈਅਦ ਆਉਣ ਦੀ ਹਸੀਅਤ ਨਾਲ ਇੱਕ ਸਵਾਲ ਦਾ ਜਵਾਬ ਮੰਗਸਾਂ, ਚੁੱਪ ਜੋ ਬੈਠੇ ਹੋ, ਇੱਕ ਦਫ਼ਾ ਸੋਚੋ ਤਾਂ ਸਹੀ। ਜੈਨ ਦੀ ਅਜ਼ਮਤ ਦਸਾਉਣ ਵਾਸਤੇ ਸੱਕਾ ਪਿਓ, ਨਬੀਆਂ ਦਾ ਸੁਲਤਾਨ ਪਿਓ ਉੱਠੀ ਖੜਦਾ ਹਾ, ਉਹ ਕਿਉਂ ਕਹਿੰਦੇ ਦਰਬਾਰ 'ਚ ਚਾਰ ਘੰਟੇ ਖੜੀ ਰਹੀ ਹੈ। ਉਹ ਅਮੀਰ ਬਣ ਕੇ ਸੁਣਦਾ ਬੈਠਾ, ਜਿਹੀ ਸੱਤਰ ਤਾਂ ਹੈ ਹੀ ਨਹੀਂ ਕੀਤੀ। ਜ਼ਿਕਰ ਤਾਂ ਮੈਂ ਅਜੋਂ ਦਾ ਕਰਨਾ, ਜਾਂਦਾ ਜ਼ਿਕਰ ਨਬੀ ਬਹੁ ਕਰੇਂਦਾ। ਹੁਣ ਸਤਰਾਂ ਜਿੰਨਾ ਕੋਈ ਯਾਦ ਦਿਨ, ਅੱਲਾਹ ਦਾ ਨਬੀ ਧੀ ਦਾ ਇਸਤਕਬਾਲ ਉੱਠੀ ਕੇ, ਧੀ ਦਾ ਇਸਤਕਬਾਲ ਹੀ ਉੱਠੀ ਕੇ ਫਰਮੈਂਦਨ, ਧੀ ਦਾ ਇਸਤਕਬਾਲ ਉੱਠੀ ਕੇ ਇਹ ਵਾਸਤੇ ਕਰੇਂਦਾ ਆਮ ਜੋ ਮੈਂ ਕੋ ਅੱਲਾਹ ਦਹਾ, ਇਹਦੇ ਇਸਤਕਬਾਲ ਵਾਸਤੇ ਮੈਂ ਕੋ ਕਹੀਂ ਆਖਾ ਨਹੀਂ, ਮੈਂ ਆਪਣੀ ਮਰਜ਼ੀ ਨਾਲ ਉੱਠਾਂ। ਉਠਾਇਆ ਇਹਦੇ ਦੁੱਖਾਂ, ਉੱਠਾ ਹੀ ਵਾਸਤੇ ਆ ਮੇਰੀ ਇਹ ਧੀ, ਇਹ ਆਪਣੀ ਨਾਨੀ ਮਲੀਕਾਤੁਲ ਅਰਬ ਦੀ ਮਾਨਿਤ, ਅਤੇ ਇਹ ਵਾਸਤੇ ਇਹਦੇ ਇਸਤਕਬਾਲ ਵਾਸਤੇ ਉੱਠੀ ਖੜਾਂ। ਰਿਸਾਲਤ 'ਤੇ ਜਿਤਨੀਆਂ ਕੁਰਬਾਨੀਆਂ ਇਹਦੀ ਨਾਨੀ ਦੀਆਂ ਹਨ, ਇਮਾਮਤ ਵਾਸਤੇ ਉਹਦੇ ਕੋਲ ਕਈ ਗੁਣਾ ਵੱਧ ਦੁੱਖ ਮੇਰੀ ਇਹ ਧੀ ਦੇਖਣੇ ਭਲਾ ਉਹਨੇ। ਹੁਣ ਆਪ ਇੱਕ ਦਫ਼ਾ ਅੰਦਾਜ਼ਾ ਤਾਂ ਕਰ ਗਿਨੋ, ਮੁਲਤਾਨ ਵਾਲਿਓ, ਨਬੀ ਆਖੇ ਜੋ ਮੇਰੀ ਇਹ ਧੀ ਆਪਣੀ ਨਾਨੀ ਮਲੀਕਾਤੁਲ ਅਰਬ ਦੀ ਮਾਨੇ ਦੇ। ਹੁਣ ਆਲੀਆ ਸੈਣ ਜਿਹਦੇ ਜਹੀ ਹੋਵੇ ਉਹ ਬੀਬੀ, ਅੱਲਾਹ ਜਾਣੇ ਆਪ ਕੀ ਉਹ ਜਹੀ ਹੋ ਸੀ। ਅਗਰ ਮੇਰੇ ਕੋਲ ਵਕਤ ਹੋਵੇ ਤਾਂ ਮੈਂ ਇਹਦੀਆਂ ਫਜ਼ੀਲਤਾਂ ਹੀ ਪੜ੍ਹਾਂ। ਬਹਰਹਾਲ ਮੈਂ ਪੜ੍ਹਨਾ ਹੀ ਆਪਣੇ ਬਰਾ ਦੇ ਇੰਤਜ਼ਾਰ ਤੱਕ ਹਾਂ, ਮੈਂ ਬਸ ਦੁਖੀ ਪੜ੍ਹਦਾ। ਡਾ ਰਮਜ਼ਾਨ ਹੈ ਬੀਬੀ ਦੀ ਵਫਾਤ ਦਾ ਨਹੀਂ, ਸੁਣਦੇ ਬੈਠੇ ਹੋ,
ਦਾ ਰਮਜ਼ਾਨ ਜ਼ਿੰਦਗੀ ਦਾ ਆਖਰੀ ਨੀ। ਅਸਮਾ ਬਿਨ ਤੇ ਯਜ਼ੀਦ ਰਿਵਾਇਤ ਕਰੇਂਦੀ ਏ, ਜੋ ਸੱਜੇ ਰੁਖਸਾਰੇ ਤਲੇ ਸੱਜਾ ਹੱਥ ਰੱਖੀ ਬੈਠੀ ਏ, ਕਹਿਂ ਵੇਲੇ ਆਸਮਾਨ ਕੋ ਦੇਖ ਕੇ ਰੋਂਦੀ ਏ, ਕਹਿਂ ਵੇਲੇ 3.5 ਸਾਲਾਂ ਦੀ ਧੀ ਤੋਂ ਦੇਖ ਕੇ ਰੋਂਦੀ ਏ। ਅਸਮਾ ਆਦੀ ਬੀਬੀ ਪਰੇਸ਼ਾਨ ਜੋ ਬੈਠੇ ਹੋ, ਰੋਂਦੇ ਜੋ ਬੈਠੇ ਹੋ, ਕਿਆ ਨਬੀ ਤੋਂ ਕੋਈ ਜੰਨਤ ਦੀ ਬਿਸ਼ਾਰਤ ਨਹੀਂ ਕੀਤੀ? ਬੀਬੀ ਆਦੀ ਹੈ, ਕਿਹੋ ਜਿਹਾ ਸਵਾਲ ਕੀਤੀ? ਜੰਨਤ ਮਲਕੀਅਤ ਹੀ ਮੇਰੇ ਨਵਾਸਾਂ ਦੀ। ਅਸਮਾ ਆਦੀ ਬੀਬੀ, ਕਿਆ ਨਬੀ ਤੋਂ ਕੋਈ ਜੰਨਤ ਦੀ ਤੁਹਾਡਾ ਮੁਕਾਮ ਨਹੀਂ ਦਿਖਾਇਆ? ਬੀਬੀ ਆਦੀ ਹੈ, ਦਿਖਾਏ। ਵੱਤ ਪਰੇਸ਼ਾਨੀ ਦੀ ਵਜ੍ਹਾ, ਰੋਣ ਦੀ ਵਜ੍ਹਾ। ਰੋਣ ਵਾਲੇ ਲੋਕੋ, ਹੁਣ ਤੁਹਾਡੇ ਰੋਣ ਵਾਸਤੇ ਇੱਕ ਲਫ਼ਜ਼ ਹੈ, ਅਤੇ ਲਫ਼ਜ਼ ਹੈ ਮੇਰੇ ਬਾਬੇ ਮਰਹੂਮ ਦਾ। ਅਗਰ ਤੋਂ ਕੋਈ ਸਮਝ ਆ ਗਈ, ਮੈਂ ਸਮਝਾ ਸਕਾਂ, ਮੇਰੀ ਮਜਲੇ ਸੀ ਥਈ ਪੂਰੀ ਹੋਵੇ ਸੀ। ਦਰਜਾਤ ਬੁਲੰਦ ਹੋਵੇ ਮੇਰੇ ਬਾਬੇ ਉਹਨਾਂ ਦੇ, ਉਹ ਪੜ੍ਹਦੇ ਰਹਿੰਦੇ ਹਨ। ਬੰਦਾ ਭਾਵੇਂ 50 ਰੱਬ ਦਾ ਹੀ ਮਾਲਿਕ ਹੋਵੇ, ਜਿਹੜਾ ਧੀ ਵਾਲਾ ਹੁੰਦਾ ਹੈ ਉਹ ਹੁੰਦਾ ਗਰੀਬ ਹੈ। ਭਲਾ ਉਹਨੇ ਯਕੀਨਨ ਕਦਰਦਾਨ ਬੈਠੇ ਹੋ, ਜਿਹੜਾ ਧੀ ਵਾਲਾ ਹੁੰਦਾ ਹੈ ਉਹ ਹੁੰਦਾ ਗਰੀਬ ਹੈ। ਬਾਬੇ ਹੁਣ ਪੜ੍ਹਦੇ ਰਹਿੰਦੇ ਹਨ, ਉਹ ਬੰਦਾ ਉਹ ਵੇਲੇ ਤੱਕ ਅਮੀਰ ਹੁੰਦਾ ਹੈ ਜਿਹੜੇ ਵੇਲੇ ਤੱਕ ਉਹਦੀ ਧੀ ਉਹਦੇ ਘਰ ਹੀ ਛੋਵੇ। ਜਿਹਨਾਂ ਧੀ ਟੁਰ ਵੰਨੇ, ਧੀ ਦੀ ਰੁਖਸਤੀ ਹੋ ਵੰਨੇ, ਉਹ ਬੰਦਾ ਜਿਤਨੇ ਹੀ ਦੁਨਿਆਵੀ ਅਮੀਰ ਕਿਉਂ ਨਾ ਹੋਵੇ, ਹੁੰਦਾ ਗਰੀਬ ਹੈ। ਜਿੱਦਾਂ ਅਸਮਾਂ ਬਾਰ ਬਾਰ ਆ ਕਹਿ ਜੋ ਸੈਣ ਜੋਕ ਫਨਾ ਦੀਏ, ਬੰਦੇ ਟੁਰ ਤਾਂ ਵੰਜਣੇ ਆ, ਹਿੱਕ ਨਾ ਹਿੱਕ ਨਹੀਂ ਤਾਂ ਤੁਹਾਨੂੰ ਨਬੀ ਜੰਨਤ ਦੀ ਤੁਹਾਡਾ ਮਕਾਮ ਹੀ ਦਿਖਾਏ। ਵੱਤ ਰੋਵਣ ਦੀ ਵਜ੍ਹਾ, ਸੱਭਰ ਦਾ ਬੰਨ ਤਰੁੱਟੇ, ਦੀਵਾਰ ਦੇ ਨਾਲ ਬਤੂਲ ਦੀ ਮਾਂ ਮੱਥਾ ਮਾਰ ਕੇ ਆਦੀ, ਅਸਮਾਈ ਵਾਸਤੇ ਬੈਠੀ ਪੁੱਛਦੀ, ਤੇਰੀ ਧੀ ਜੋ ਕੋਈ ਨਹੀਂ, ਤੇਰੀ ਧੀ ਹੋਵਿਆ ਤਾਂ ਤੈਨੂੰ ਮੇਰੇ ਦਰਦ ਦਾ ਪਤਾ ਲੱਗਿਆ। ਅਸਮਾ ਉਹ ਤਾਂ ਧੀ ਕੁਮਾਰ ਦੀ ਹਰ ਕਦਮ 'ਤੇ ਜ਼ਰੂਰਤ ਹੁੰਦੀ ਹੈ, ਪਰ ਸਭ ਤੋਂ ਜ਼ਿਆਦਾ ਜ਼ਰੂਰਤ ਉਹ ਵੇਲੇ ਹੁੰਦੀ ਹੈ ਜਦੋਂ ਧੀ ਘਰ ਚੋਂ ਟੁਰਨਾ ਹੋਵੇ, ਜਦੋਂ ਧੀ ਦੀ ਰੁਖਸਤੀ ਹੋਵੇ। ਬੀਬੀ ਆਦੀਏ, ਮੈਂ ਮੌਤ ਕੋ ਨਾ ਰੋਂਦੀ, ਰੋਂਦੀ ਹੀ ਵਾਸਤੇ ਹਾਂ, ਮੇਰੇ ਟੁਰਨ ਤੋਂ ਬਾਅਦ ਜ਼ਮਾਨਾ ਜੋ ਦੁਸ਼ਮਣ ਹੈ, ਮੇਰੀ ਨ ਟੁਰਨ ਵਾਲੀ ਕੋ ਟੁਰੇ ਸੀ ਕੌਣ? ਜਿਹੜੇ ਸਮਝ ਗਏ ਹੋ, ਮੇਰੀ ਨ ਟੁਰਨ ਵਾਲੀ ਕੋ ਟੁਰੇ ਸੀ ਕੌਣ? ਅਤੇ ਯਾਦ ਰੱਖਾ ਅਸਮਾ ਆਦੀਏ ਬੀਬੀ, ਅਗਰ ਨਬੀ ਦਾ ਹਰਮ ਹੈ, ਮੇਰੀ ਦਰਾਜ਼ੇ ਉਮਰ ਦੀ ਦੁਆ 'ਚ ਮੰਗ, ਮੈਂ ਵਾਅਦਾ ਕਰਦੀ ਹਾਂ, ਤੁਸਾਂ ਨਾ ਹੋ ਸੋ ਤਾਂ ਤੁਹਾਡੀ ਧੀ ਕੋ ਮੈਂ ਆਪਣੇ ਹੱਥਾਂ ਨਾਲ ਟੁਰੇ ਸਾਂ। ਅਤੇ ਮੁਲਤਾਨ ਵਾਲੇ, ਉਹ ਤਾਰੀਖ ਦਾ ਮੁਤਾਲਾ ਕਰਕੇ ਦੇਖੋ, ਹਿਜਰਤ ਦੇ ਦੂਜੇ ਸਾਲ ਜਦੋਂ ਮੇਰੀ ਪਾਕ ਸੈਣ ਦੀ ਰੁਖਸਤੀ ਹੋਈ ਹੈ ਨਾ, ਅਤੇ ਰੁਖਸਤੀ ਤੋਂ ਪਹਿਲੇ ਨਬੀ ਜਿਹੜੇ ਵੇਲੇ ਘਾਰੀ ਚੈਨ, ਤਾਂ ਔਰਤਾਂ ਦਾ ਝੁਰਮਟ ਆ, ਹਿੱਕ ਹਿੱਕ ਤੋਂ ਦੇਖ ਕੇ ਫਰਮਾਉਂਦੇ, ਮੈਂ ਤੁਹਾਡਾ ਸ਼ੁਕਰ ਗੁਜ਼ਾਰ ਹਾਂ ਤੁਸਾਂ ਆਈਆਂ ਹੋ, ਪਰ ਹੁਣ ਤੁਹਾਡੀ ਮਿੰਨਤ ਕਰੇ ਸਾਂ ਸਾਰੀਆਂ ਲੱਗੀਆਂ ਮੰਨੋ, ਹੁਣ ਇਹਦੇ ਟੁਰਨ ਦਾ ਵੇਲੇ, ਮੈਂ ਆਪ ਟੁਰੇ ਸਾਂ, ਇਹਦਾ ਪਿਓ ਵੀ ਮੈਂ ਆਪ ਹਾਂ, ਤੁਹਾਡੀ ਆਪਣੀ ਮਰਜ਼ੀ, ਇਹਦੀ ਅਮੜੀ ਵੀ ਮੈਂ ਆਪ ਹਾਂ, ਮੈਂ ਆਪਣੀ ਧੀ ਕੋ ਆਪਣੀ ਮਰਜ਼ੀ ਨਾਲ ਟੁਰੇ ਸਾਂ। ਪੈਗੰਬਰ ਦਾ ਹੁਕਮ ਆ, ਸੁਣ ਕੇ ਸਾਰੀਆਂ ਟੁਰ ਪਈਆਂ, ਜਵਾਨ ਬਜ਼ੁਰਗ ਜਿਹੜੇ ਆ ਬੈਠੇ ਹੋ, ਪਰ ਅਸਮਾ ਹੀ ਇੱਕ ਕੋਨੇ ਨਾਲ ਖੜੀ ਰਹੀ। ਨਬੀ ਫਰਮਾਉਂਦੇ ਨੇ, ਅਸਮਾ ਕਿਆ ਤੈਂ ਮੇਰਾ ਐਲਾਨ ਨਹੀਂ ਸੁਣਾ? ਆਦੀ ਅੱਲਾਹ ਦਾ ਨਬੀ ਸੁਣੇ, ਫਰਮਾਉਂਦੇ ਨੇ ਵੱਤ ਗਈ ਕਿਉਂ ਨਹੀਂ? ਹੱਥ ਬੰਨ ਕੇ ਆਦੀ ਹੈ, ਮੈਂ ਲੱਗੀ ਵੰਜਾ ਹਾਂ, ਮੈਂ ਕੋਈ ਦੀ ਮਾਂ ਦੀ ਵਸੀਅਤ ਨਹੀਂ ਵੰਜਣ ਦਿੱਤਾ, ਮੈਂ ਸਮਝਾ ਸੰਗਮ ਤਾਂ ਮੇਰੀ ਮਜਲਿਸ ਪੂਰੀ ਹੋਵੇ ਸੀ। ਨਬੀ ਫਰਮਾਉਂਦੇ ਨੇ, ਕਿਹੜੀ ਵਸੀਅਤ? ਕਦਮਾਂ 'ਤੇ ਹੱਥ ਰੱਖ ਕੇ ਆਦੀ, ਅੱਲਾਹ ਦਾ ਨਬੀ, ਮੈਂ ਕੋਈ ਟੁਰਦੇ ਵੇਲੇ ਆ ਗਈ ਆਈ, ਮੇਰੀ ਧੀ ਕੋ ਟੋਰਨ ਵਾਲਾ ਕੋਈ ਨਾ ਹੋਵੇ, ਵੱਤ ਤੂੰ ਟੋਰੇ। ਤੁਸਾਂ ਲਾਭ ਸੁਣ ਕੇ ਚੁੱਪ ਕਰ ਗਏ ਹੋ। ਨਬੀ ਦੀ ਦਾੜੀ ਹੰਝਵਾਂ ਨਾਲ ਪੁੱਸ ਗਈ। ਫਰਮਾਉਂਦੇ ਨੇ, ਅਸਮਾਂ ਜੇ ਉਹ ਆਖ ਗਈਏ, ਵੱਤ ਮੈਂ ਨਾ ਟੁਰੇਂਦਾ, ਵੱਤ ਤੂੰ ਟੋਰ। ਨਬੀ ਰੋਂਦੇ ਹੋਏ ਟੁਰ ਪੈਣ, ਮੈਂ ਹੁਣ ਤੱਕ ਜਿਤਨੀ ਮਜਲਿਸ ਪੜੀ ਹੈ, ਮੁਮਤਾਜ਼ ਮੈਂ ਮਿੰਨਤ ਕਹੇ ਦੀ ਨਹੀਂ ਕੀਤੀ, ਆਪਣੀ ਮਰਜ਼ੀ ਨਾਲ ਤੁਸਾਂ ਸੁਣੇ। ਹੁਣ ਇਹ ਲਫ਼ਜ਼ 'ਤੇ ਮੈਂ ਹੱਥ ਲਿਖਣਾ ਚਾਹੁੰਦਾ, ਕਿਤਨੇ ਜਿਹੜੇ ਅੱਲਾ ਬਣਾਏ ਵੀ ਮਾਤਮ ਵਾਸਤੇ ਹਨ। ਮੈਂ ਆਖੇ ਨਬੀ ਰੋਂਦੇ ਹੋਏ ਟੁਰ ਪੈਣ, ਨਬੀ ਦਾ ਟੁਰਨਾ ਹਾ, ਅਸਮਾ ਉਹ ਪਾਸੇ ਨਾਲ ਆ ਬੈਠੀ ਹੈ ਜਿਹੜੇ ਪਾਸੇ ਕੋ ਮੁਸਲਮਾਨਾਂ ਚਿੱਟੇ ਡੀਂ ਕੋ ਜ਼ਖਮੀ ਕੀਤਾ। ਆ ਕੇ ਕੰਨ ਨਾਲ ਮੂੰਹ ਰੱਖ ਕੇ ਆਦੀ ਜ਼ਹਰਾ, ਮਾਂ ਪਿਆਦੀ ਆ ਵੀ ਟੁਰਦੇ ਵੇਲੇ ਰੋਵੇਂ ਨਹੀਂ। ਭਲਾ ਉਹਨੇ, ਇਹ ਹੱਕ ਬਣਦਾ ਹੈ ਤੁਹਾਡੀ ਅਦਾਦਾਰੀ ਦਾ, ਜਿਵੇਂ ਹੁਣ ਸੁਣਦੇ ਬੈਠੇ ਹੋ, ਟੁਰਦੇ ਵੇਲੇ ਰੋਵੇਂ ਨਹੀਂ। ਇਹ 70 ਦਿਨ 'ਚ ਰੱਖਣੀ ਹੈ, ਟੁਰਦੇ ਵੇਲੇ ਭਲਾ ਉਹਨੇ ਰੋਵੇਂ ਨਹੀਂ। ਦਾ ਰਮਜ਼ਾਨ
ਅਸਮਾ ਵਸੀਅਤ ਸੁਣ ਕੇ ਉੱਠੀ, ਨਬੀ ਜਲਦੀ ਦੇ ਨਾਲ ਕੋਲ ਆ ਕੇ ਬੈਠਣ। ਫਰਮੈਂਦਨ ਮਲੀਕਾ ਤੂੰ ਜਾਣਦੀ ਹੈ ਮੈਂ ਆਪਣੀ ਮਰਜ਼ੀ ਨਾਲ ਕਿੱਥੇ ਹੀ ਨਾ ਵਹਿੰਦਾ, ਮੈਂ ਆਪਣੀ ਮਰਜ਼ੀ ਨਾਲ ਕੁਝ ਨਾ ਬੋਲੈਂਦਾ, ਮੈਂ ਕੋ ਉਹ ਆਖੇ ਤਾਂ ਮੈਂ ਬੋਲੈਂਦਾ ਆਪਣੀ ਮਰਜ਼ੀ ਨਾਲ ਨਾ ਆਇਆ, ਮੈਂ ਕੋ ਅੱਲਾ ਭੇਜੇ ਮੇਰਾ ਹਬੀਬ ਮੇਰੀ ਕਨੀਜ਼ ਦੇ ਦਿਲ 'ਚ ਕੋਈ ਹਸਰਤ ਦੇ। ਫਰਮੈਂਦਨ ਕੋਈ ਹਸਰਤ ਥਈ ਤਾਂ ਦਿਲ 'ਚ ਨਾ ਰੱਖ, ਬਿਆਨ ਕਰ ਤੇਰਾ ਜਿਹੜਾ ਕੁਝ ਹਾ ਤੈਂ ਕੁਰਬਾਨ ਕੀਤਾ ਹੈ, ਤੈਂ ਕਦਾਂ ਕੁਝ ਨਹੀਂ ਮੰਗਾ, ਹੁਣ ਕੋਈ ਹਸਰਤ ਥਈ ਤਾਂ ਬਿਆਨ ਕਰ। ਮੁਲਤਾਨ ਵਾਲਿਓ ਮੇਰੀ ਗਵਾਹੀ ਦੇ, ਸੋ ਜਿਹੜਾ ਬੰਦਾ ਸਾਰੀ ਜ਼ਿੰਦਗੀ ਅਤਾ ਕਰੇਂਦਾ ਰਹੇ ਨਾ ਉਹ ਮੰਗਦਾ ਔਖਾ ਹੈ। ਇਵੇਂ ਹੈ ਨਾ, ਈ ਤਾਂ ਆਪਣਾ ਕੁਝ ਬਚਾਏ ਹੀ ਕੋਈ ਨਾ, ਅਤੇ ਇਹ ਵੀ ਸਾਰੇ ਜਾਣਦੇ ਹੋ ਰੱਬ ਦਾ ਕੋਈ ਉਹ ਜਿਹਾ ਅਮੀਰ ਹੀ ਕੋਈ ਨਾ ਜਿਹੜਾ ਮੇਰੀ ਸਾਇਣ ਦਾ ਮਕਰੋਜ਼ ਨਾ ਹੋਵੇ। ਜਿਹੜਾ ਨਬੀ ਬਾਰ ਬਾਰ ਇਸਰਾਰ ਕੀਤਾ ਕੋਈ ਹਸਰਤ ਹੀ ਤਾਂ ਬਿਆਨ ਕਰ, ਆਦੀ ਅੱਲਾਹ ਦਾ ਨਬੀ ਦਿਲ 'ਚ ਹਸਰਤਾਂ ਹਨ, ਮੈਂ ਮੰਗਣਾ ਹੀ ਚਾਹੁੰਦੀ ਹਾਂ, ਪਰ ਤੁਹਾਕੂ ਭੇਜਾ ਅੱਲਾਹ ਅਤੇ ਭੇਜਾ ਹੀ ਆਪਣੇ ਨਬੀ ਕੋ, ਮੈਂ ਤੁਹਾਡੇ ਕੋਲ ਇਵੇਂ ਨਾ ਮੰਗਦੀ, ਤੁਸਾਂ ਨਾਲ ਵਾਲੇ ਕਮਰੇ 'ਚ ਲੱਗੇ ਵੰਨੋ, ਅੱਜ ਮੈਂ ਤੁਹਾਡੇ ਕੋਲ ਵਸੀਲਾ ਬਣਾ ਕੇ ਮੰਗਦੀ ਹਾਂ। ਸਮਝ ਗਏ ਹੋ ਤਾਂ ਮਜਲਿਸ ਮੇਰੀ ਪਹਿਲੇ ਵਹਿਣ 'ਤੇ ਹੋਵੇ ਸੀ, ਇਵੇਂ ਨਾ ਮੰਗਦੀ, ਮੈਂ ਅੱਜ ਵਸੀਲਾ ਬਣਾ ਕੇ ਮੰਗਦੀ ਹਾਂ। ਸਯਦਾ ਦੇ ਕੌਣ ਵਸੀਲਾ, ਸਾਢੇ ਤਰੇ ਸਾਲਾਂ ਦੀ ਦੀਦ ਦੇ ਕਿਆ ਦੀਏ, ਇਹਦੇ ਕੋਲ ਵੱਡਾ ਕੌਣ ਵਸੀਲਾ। ਸਯਦਾ ਦੇ ਮਲੀਕਾ ਮੈਂ ਲੱਗਾ ਵਾਂ, ਤੂੰ ਇਹਦੇ ਸਾਹਮਣੇ ਬਹਿ ਕੇ ਮੰਗਸੇ, ਕਿਆ ਮੈਂ ਨਾ ਦੇਖਸਾਂ। ਹੱਥ ਬਣ ਕਿਆ ਦੀ ਅੱਲਾ ਦਾ ਨਬੀ, ਇਹ ਤਾਂ ਚੰਦ ਦੀਵਾਰਾਂ ਦਾ ਫਾਸਲਾ ਹੈ, ਤੁਹਾਡੇ ਅੱਗੂ ਤਾਂ ਹਿਜਾਬਾਤ ਹੀ ਹਟ ਗਏ। ਆਪ ਹੀ ਮੰਗ ਨਾ ਮਾਹ, ਇਹਦੇ ਕੋਲ ਮੰਗਵਾ ਬਣਦੀਆਂ ਮੇਰੀਆਂ ਡੂਗਰ ਰਹਿਣ। ਮੈਂ ਦੇਖਣਾ ਚਾਹੁੰਦਾ ਕਿਤਨੇ ਬੰਦੇ ਜਿਹੜੇ ਲਵ ਸੁਣ ਕੇ ਹਾਏ ਕਰੇ ਸਨ, ਕਿਤਨੇ ਜਿਹੜੇ ਜ਼ਮੀਨ ਮਲ ਕੇ ਬੈਠੇ ਰਹੇ ਸਨ। ਸਯਦਾ ਦੇ ਕਿਹੜੀਆਂ ਵਰਦਾਂ, ਹੱਥ ਬੰਨ ਕੇ ਆ ਦੀਏ, ਇਹਦੇ ਕੋਲ ਹੀ ਵਾਸਤੇ ਮੰਗਵੈਂਦੀਆਂ, ਮੈਂ ਚਾਹੁੰਦੀਆਂ ਇੱਕੋ ਮੰਗਣ ਦੀ ਡਾਵਨੇ। ਭਲਾ ਉਹਨੇ ਇਹ ਹੱਕ ਬਣਦਾ ਹੈ ਤੁਹਾਡੀ ਅਦਾਦਾਰੀ ਦਾ। ਬੀਬੀ ਆਦੀ ਇਹਦੇ ਕੋਲ ਹੀ ਵਾਸਤੇ ਮੰਗਵੈਂਦੀਆਂ, ਮੈਂ ਚਾਹੁੰਦੀਆਂ ਇੱਕੋ ਮੰਗਣ ਦੀ ਡਾਵਨੇ। ਮੇਰੀ ਦੂਜੀ ਗੱਲ ਇਹ ਵੀ ਜਾਣਦੀ ਆ, ਆਪ ਹੀ ਮੰਗਾ ਹਾ ਤੁਸਾਂ ਮੈਂ ਕੋ ਖਾਲੀ ਨਾ ਬੁਲਾਉਣ, ਇਹਦੇ ਕੋਲ ਹੀ ਵਾਸਤੇ ਮੰਗਵੈਂਦੀ ਆ। ਕਿਆਮਤ ਤੱਕ ਤੁਹਾਡੇ ਉਮਤੀਆਂ ਕੋ ਪਤਾ ਲੱਗ ਵੈ ਸੀ, ਜੇ ਕੋ ਪਿਓ ਖਾਲੀ ਨਾ ਬੁਲਾਇਆ ਉਹ ਕੋ ਕਿਉਂ ਕੋਈ ਖਾਲੀ ਬੁਲਾਵੇ। ਨਬੀ ਲੱਗੇ ਗਏ ਸਾਢੇ ਤਰੇ ਸਾਲਾਂ ਦੀ ਕੋ ਸਾਹਮਣੇ ਬੁਲਾਇਸ, ਮੁਲਤਾਨ ਵਾਲਿਓ ਦੀਦ ਗੱਲ 'ਚ ਬਈ ਪਾ ਕੇ ਦੀਏ, ਬਾਬੇ ਦੋ ਲੱਗੀ ਵੰਜ ਬਾਬੇ ਕੁਆ ਕੰਮਾ ਪਿਆ ਦੀਏ, ਮੇਰਾ ਕਫਨ ਵੀ ਕੋਈ ਨਹੀਂ। ਹੁਣ ਤੁਸਾਂ ਨਾ ਸਮਝਿਆ ਸੋ ਤਾਂ ਰੱਬ ਜਾਣੇ ਕੌਣ ਸਮਝੇ ਸੀ। ਬੀਬੀ ਆਦੀਏ ਬਾਬੇ ਕੁਆਖ, ਹੁਣ ਮੈਂ ਸਯਾਦਾਂ, ਮੈਂ ਇਹ ਜਾਣਦਾ ਇਹ ਲਾਜ਼ਮੀ ਨਹੀਂ ਆਉਂਦਾ ਮਜਲੇ ਸਿਚਰੋਵਣ ਵਾਸਤੇ ਬੰਦਾ ਸ਼ੀਆ ਹੋਵੇ, ਸੁਣੀ ਆਉਣ ਦੀ ਸਨਅਤ ਨਹੀਂ ਚਾਹੀਦੀ। ਮੁਲਤਾਨ ਵਾਲਿਓ ਮਜਲੇ ਸਿਚਰੋਂਦਾ ਉਹ ਜਿਹੜਾ ਅੰਦਰੋਂ ਇਨਸਾਨ ਹੋਵੇ, ਬੰਦਾ ਇਨਸਾਨ ਹੋਵੇ, ਵਤ ਸ਼ੀਆ ਦਾ ਦੁੱਖ ਹੋਵੇ ਭਾਵੇਂ ਜੈਨ ਦਾ ਦੁੱਖ ਹੋਵੇ, ਹਾਏ ਬੇਵਸ ਨਿਕਲ ਵੈਂਦੀ ਹੈ। ਮੇਰੀ ਸੈਣਾ ਦੀਆ ਬਾਬੇ ਕੁਵਾਨ ਕਿਆ ਕੋ ਮੈਂ ਸਾਰੇ ਦੁੱਖ ਭੁੱਲ ਵੇ ਸਾਂ, ਇੱਕ ਦੁੱਖ ਕਬਰ ਚ ਨਾ ਭੁੱਲ ਸਾਜ ਤਰੀ ਜਾਡੀ ਮੇਰੀ ਜ਼ਾਰਾ ਬਗੈਰ ਸਰੀ ਦੇ ਰੋਜ਼ਾ ਰੱਖੇ। ਉਹ ਜਦਾ ਅਫਤਾਰੀ ਦਾ ਵੇਲਾ ਥੀਂਦਾ ਮੇਰੀ ਦੀਕ ਦੇ ਮੂੰਹ ਤੁਰ ਤੁਰ ਦੇ ਦੀਏ, ਜਿਹਦਾ ਸੀਨਾ ਦੁੱਖਿਆ ਬੰਦਾ ਬੇਸ਼ੱਕ ਮਾਤਮ ਨਾ ਕਰੇ। ਬੀਬੀ ਆਦੀ ਹੈ ਬਾਬੇ ਕੁਆਖ, ਮੈਂ ਘਰ ਦੇ ਹਾਲਾਤ ਤੂੰ ਬਖੂਬੀ ਵਾਕਿਫ, ਅੱਜ ਤਰੀ ਜਾਨੀ ਖਾਵਣ ਦੀ ਕੁਝ ਨਹੀਂ ਆਉਂਦਾ,
ਮੈਂ ਇਹ ਵੀ ਨਾ ਦੀ ਮੈਂ ਕੋ ਕੀਮਤੀ ਕਫਨ ਦੇਵੇ ਇਹ ਕਾਲੀ ਚਾਦਰ ਸਮਝਾਏ ਨੀ ਆਦੇ ਹੁਸੈਨ ਬੈਠੇ ਹੋ ਜਾਂ ਪਿੱਛਾਂ ਖੜਨ ਬੀਬੀ ਆਦੀ ਹੈ ਇਹ ਕਾਲੀ ਚਾਦਰ ਜਿਹੜੀ ਸ਼ਾਨੇ ਮੁਬਾਰਕ ਤੇ ਰੱਖੀ ਵੱਧ ਈਦਾ ਕਫਨ ਚੜੇਵੇ ਕਾਲਾ ਕਫਨ ਈ ਵਾਸਤੇ ਮੰਗਦੀਆਂ ਮੈਂ ਚਾਹੁੰਦੀਆਂ ਮੈਂ ਵੀ ਤੇਰੇ ਹੁਸੈਨ ਦੀ ਅਦਾਦਾਰ ਬਣ ਕੇ ਮਰਾਂ। ਤੁਹਾਡੀ ਆਪਣੀ ਮਰਜ਼ੀ। ਧੀ ਵਸੀਅਤ ਸੁਣੀ ਪਿਓ ਦੇ ਸਾਹਮਣੇ ਆ ਕੇ ਚੁੱਪ ਕਰਕੇ ਖੜ ਗਈ ਪੂਰੇ 5 ਮਿੰਟ ਨਿਆ ਦੇ ਹੁਸੈਨ ਮੰਦਰ ਬਣਾਉਣੇ ਪੂਰੇ 5 ਮਿੰਟ ਚੁੱਪ ਕਰਕੇ ਖੜੀ ਰਹੀ ਮੰਗਣ ਦੀ ਡਾਲ ਨਹੀਂ ਆਉਂਦੀ। ਨਬੀ ਆਸਮਾਨ ਦਾ ਦੇਖਿਆ ਤੇ ਮੈਂ ਡਾਲਾ ਗਵਾਰਾਵੇਂ ਮੇਰੀ ਜ਼ਾਰਾ ਕੋ ਮੰਗਣ ਦੀ ਡਾਲ ਨਹੀਂ ਆਉਂਦੀ। ਵਤ ਧੀ ਦੋ ਡਿੱਠਾ ਨੇ ਦੇਖ ਕੇ ਫਰਮੈਂਦਨ ਮੇਰੀ ਧੀ ਆਈ ਤਾਂ ਮੰਗਣ ਵਾਸਤੇ ਮੰਗਦੀ ਕਿਉਂ ਨਾ ਸ਼ਰਮਾਲੀ ਦੀ ਪਿਓ ਦੋ ਦੇਖਿਆ ਦੀ ਬਾਬਾ ਤੈ ਦੋ ਦੇਖ ਕੇ ਕਿਵੇਂ ਮੰਗਾਂ। ਹਾਂ ਨਾ ਲਾ ਕੇ ਫਰਮੈਂਦਨ ਮੈਂ ਡੋਡੇ ਕੇ ਨਹੀਂ ਮੰਗ ਸੰਗਦੀ ਤਾਂ ਹੁਣ ਮੰਗ ਗੱਲ ਚ ਬਈ ਪਾ ਕਿਆ ਦੀਏ ਕਿਆ ਮੰਗਾ ਜਿੰਦਾ ਅਰਬ ਮਗਰੂਲਾ ਹੁੰਦਾ ਕਫਨ ਵੀ ਕੋਈ ਨਹੀਂ ਪੈਗੰਬਰਾਂ ਦਾ ਨਾ ਲਾ ਕੇ ਦਨ ਰੋ ਤਦਾਂ ਰੋਵੇ ਜਦ ਮੈਂ ਟੁਰ ਵੰਜਾ। ਮੇਰੀ ਨੌਕਰੀ ਚ ਕਮੀ ਨਾ ਸੀ ਸਯਦਾ ਦੇ ਹੁਣ ਨਰੋ ਤੱਡਾ ਰੋਵੇ ਜਦਾਂ ਮੈਂ ਮਰ ਵਜਾ। ਵੀ ਕੁਹਾਂ ਨਾਲ ਆਇਆ ਨੇ ਤਸਲੀਆਂ ਦੇਂਦਿਆਂ ਨੇ ਸਬਰ ਕਰ ਮੇਰੀ ਦੀ ਉੱਥਾਂ ਜਿੱਥਾਂ ਜ਼ਿੰਦਗੀ ਦੇ ਆਖਰੀ ਸਾਹ ਪਈ ਗਿਣਦੀ ਆਈ ਕੋਲ ਆ ਕੇ ਫਰਮੈਂਦਨ ਮਲੀਕਾ ਤੈ ਮਲੈਕ ਰੁਆ ਛੋੜਨ ਸਯਦਾ ਦੇ ਮੈਂ ਤੇਰੀ ਮਨੇ ਨਾ ਨਿਆ ਦੇ ਹੁਸੈਨ ਸਮਝਾਈ ਨਾ ਵਹਿਣ ਵਾਸਤੇ ਮਿਹਨਤ ਕੀਤੀ ਮੈਂ ਤੇਰੀ ਮਨੇ ਨਾ ਤੂੰ ਮੇਰੀ ਮਨ ਕਿਹੜੀ ਮੰਨਾ ਸਯਦਾ ਦੇ ਬਤੂਲ ਦੀ ਮਾਂ ਜੇ ਮੇਰੀ ਮਨੇ ਨੀ ਹੈ ਵੱਤ ਮੇਰੇ ਸਾਹਮਣੇ ਬਹਿ ਕੇ ਮੰਗ। ਏਡੀ ਵੱਡੀ ਬਾਰਗਾਹ ਸਵਾਲ ਕਰਨਾ ਹੈ ਸਾਮ ਕੇ ਤਾਂ ਨਹੀਂ ਕਰਨਾ ਮੁਲਤਾਨ ਵਾਲਿਓ ਉੱਠੀ ਬੈਠੀਏ ਕਦਮਾਂ ਤੇ ਆਦਰਾ ਕਿਆ ਜੇ ਤੂੰ ਨਬੀ ਹੋ ਕੇ ਗਵਾਏ ਮੇਰੇ ਤਰਕੇ ਮੁੱਕ ਗਏ ਮੇਰੀ ਕਾਧੀ ਏ ਬੀਬੀ ਆਦੀ ਵਾਦਾ ਕਰ ਮੇਰੀ ਜ਼ਹਰਾ ਨਾ ਰੋਵੇ। ਜਿਹੜੇ ਹਾਲੇ ਤੱਕ ਇਮਤਿਹਾਨ ਖਿੰਦੇ ਬੈਠੇ ਹੋ ਮੈਂ ਸਮਝਾ ਕੇ ਪੜ੍ਹਨ ਦਾ ਦੀਆਂ ਇਹ ਨਿਸੀ ਆਖਾ ਮੇਰੇ ਬਾਦ ਨਾ ਰੋਵੇ ਆਦੀਏ ਮੈਂ ਹੁਣੇ ਬੁਰਕਾ ਵਟਾ ਵੰਜਣੇ ਇਹ ਮੱਕੇ ਦੀਆਂ ਵਸਦੀਆਂ ਮੇਰੇ ਗੁੱਸਾ ਕਫਾਨੀ ਚ ਰੁੱਝ ਵਸਣ ਕਦਾਂ ਕੁਝ ਤੁਹਾਡੇ ਕੋਲ ਨਿਮੀ ਮੰਗਾ ਹੁਣ ਮਿੰਨਤ ਪਈ ਕਰੇਂਦੀਆਂ ਤੁਸਾਂ ਬਾਹਰ ਨਹੀਂ ਵੰਜਣਾ ਸਯਦਾ ਦੇ ਕਿਉਂ ਨਾ ਵੰਜਾ ਦੀਏ ਮਤਾਂ ਲੱਗੇ ਵੰਜੋ ਮੇਰੀ ਧੀ ਮੇਰੇ ਮਈਆ ਤੇ ਰੋਵੇ ਤੁਹਾਡਾ ਪੱਤਰ ਦਾ ਦਿਲ ਕਾਬੂ ਕਰ ਮੈਂ ਕੋ ਦਿਲ ਤੇ ਹੱਥ ਰੱਖ ਕੇ ਦੱਸਾਂ ਜਿਹੜੀ ਮਾਂ ਆਪਣੇ ਮਈਆ ਤੇ ਵੈਣ ਬਰਦਾਸ਼ਤ ਨਹੀਂ ਕਰੇਂਦੀ ਮੁਲਤਾਨ ਵਾਲੇ ਉਹਲੇ ਕਿਵੇਂ ਬਰਦਾਸ਼ਤ ਕੀਤਾ ਸਦ ਜੱਡਾ ਯਹੂਦੀ ਦੇ ਬਾਗ ਚ ਰੋਵਣ ਵਹਿੰਦੀ ਆਈ ਜੱਡਾ ਮਾਂ ਦੀ ਕਬਰ ਤੂੰ ਲੰਘਿਆ ਗਿਆ ਮਾਂ ਮੈਂ ਕੋ ਘਰ ਚ ਨਹੀਂ ਰੋਵਣ ਸੀਨਾ ਦੁਖੀ ਬੇਸ਼ੱਕ ਮਾਤਮ ਨ ਕਰੇ ਖਤਮ ਮੁਕੇਂਦਾ ਪੀਆਂ ਪਹਿਲਾ ਸਵਾਲ ਨ ਰੋਵੇ ਦੂਜਾ ਸਵਾਲ ਜਿਹਨਾ ਕੋਈ ਨਾ ਦੇਵੇ ਇਵੇਂ ਨਹੀਂ ਨਬੀ ਦੇ ਉਮਤੀ ਮੇਰੇ ਸਾਹਮਣੇ ਬੈਠੇ ਹੋ ਭਾਵੇਂ ਸ਼ੀਆ ਹੋ ਜਾਂ ਸੁੰਨੀ ਹੋ ਕੋਈ ਉਹ ਜਿਹਾ ਘਰ ਨਾ ਹੋ ਸੀ ਕੋਈ ਉਹ ਜਿਹਾ ਇਲਾਕਾ ਨਾ ਹੋ ਸੀ ਜਿੱਥਾਂ ਮੇਰੀ ਸੈਣ ਦੀ ਹਮ ਨਾਮ ਨਾ ਰਹਿੰਦੀ ਹੋਵੇ ਨਬੀ ਦੇ ਉਮਤੀ ਬੈਠੇ ਹੋ ਤੇਰੇ ਨਬੀ ਦੀ ਹਦੀਸ ਫਰਮਾਇਆ ਨੇ ਮੁਸਲਮਾਨੋ ਅਗਰ ਕਹਿੰਦੀ ਦਾ ਨਾ ਮੇਰੀ ਦੀਦ ਨਾ ਤੇ ਰੱਖਾ ਵੱਤ ਜਿਹੜਾ ਕ ਨਾ ਦਿਵਾ
ਸਯਦਾ ਦੇ ਕਾਦਾ ਨਜ਼ਾਰਾ ਰੱਖੇ ਝਿੜਕੇ ਨਹੀਂ ਅੱਗੇ ਬਹੁ ਝਿੜਕੀ ਨੀ ਮਾਤਮ ਕਰ ਤੇਰੇ ਮਸਾ ਵੀ ਚਾਹੇ ਇਹ ਮਿਆਰ ਤੁਹਾਡਾ ਜਿਵੇਂ ਹੁਣ ਕੁਰਲਾਂ ਦੇ ਬੈਠੇ ਹੋ ਪਹਿਲਾ ਸਵਾਲ ਨਾ ਰੋਵੇ ਦੂਜਾ ਸਵਾਲ ਜਿਹੜਾ ਕੋਈ ਨਾ ਦੇਵੇ ਹੁਣ ਮੈਂ ਕੋਈ ਤੁਸਾਂ ਦੱਸੋ ਨਬੀ ਕੋਲ ਵੱਡਾ ਕੋਈ ਸਾਬਿਰ ਹੁੰਦਾ ਹੈ ਸਾਰੇ ਜਵਾਬ ਦੇ ਤੀਜਾ ਇਹੋ ਜਿਹਾ ਸਵਾਲ ਕੀਤਾ ਭਾਵੇਂ ਜਿਤਨਾ ਸਾਬਿਰ ਆਖੀ ਤੇ ਹੱਥ ਦੇ ਕਰੁਣਾ ਕਦਮਾਂ ਤੇ ਹੱਥ ਰੱਖਿਆ ਦੇ ਵਾਦਾ ਕਰ ਮੇਰੇ ਬਾਦ ਕੋਈ ਨਾ ਮਾਰ ਮੁਲਤਾਨ ਵਾਲਿਓ ਨਾ ਮਾਰਨ ਦਾ ਨਾ ਨਬੀ ਅੱਖੀ ਤੇ ਹੱਥ ਦੇ ਕਰੁਣਾ ਆਦੀਏ ਮੈਂ ਔਖਾ ਸਵਾਲ ਕੀਤਾ ਮੈਂ ਸਾਰੇ ਵਾਪਸ ਕਰੇਂਦੀਆਂ ਸਯਦਾ ਦਾ ਸਵਾਲ ਵਾਪਸ ਨਾ ਕਰ ਉੱਠੀ ਬਾਏ ਮੇਰੀਆਂ ਅੰਗਲੀਆਂ ਦੇ ਦਰਮਿਆਨ ਦੇਖ ਨਬੀ ਐਨਾ ਕੇ ਨਬੂਵਤ ਲਈਏ ਕਦਮਾਂ ਤੇ ਮੱਤਾ ਮਾਰ ਕੇ ਆਦੀਏ ਮੈਂ ਕੁਡਸਾਏ ਕਹਿੰਦਾ ਦਰਬਾਰੇ ਤੁਹਾਡਾ ਪੱਥਰ ਦਾ ਦਿਲੇ ਕਾਬੂ ਕਰ ਹੌਸਲੇ ਨਾਲ ਹੌਸਲੇ ਨਾਲ ਹਾਲੇ ਵੀ ਕੁਝ ਬਚ ਗਏ ਜਿਨ੍ਹਾਂ ਦਾ ਹੱਥ ਕਬਰੇ ਹੁਸੈਨ ਨਾਲ ਮਸ ਨਹੀਂ ਹੋਇਆ ਆਦੀਏ ਮੈਂ ਕੋ ਦਿਸਦਾ ਕੁਝ ਨਹੀਂ ਨਬੀਏ ਤੂੰ ਸ਼ਿਫਾਲ ਹੱਥ ਮੇਰੀਆਂ ਅੱਖਾਂ ਤੂੰ ਫੇਰ ਨਬੀ ਹੱਥ ਫੇਰਾ ਤਸ਼ਵੀਸ਼ ਵੱਧ ਗਈ ਆਦੀਏ ਬੁਲਦੀ ਨਾ ਮਿੰਬਰ ਤੁਹਾਡਾ ਇਹ ਬਾਵਣ ਵਾਲਾ ਕੌਣ ਜਿਹੜਾ ਸਜੂ ਖੜੇ ਝਿੜਕਾ ਕਿਉਂ ਦਿੰਦਾ ਹੈ ਹਵਾ ਕੋ ਕੰਮ ਨੇ ਮੈਂ ਧੀ ਦਵੇਣ ਸੁਣਦੀ ਹਾਂ ਨਬੀ ਹੁਕਮ ਦਿੱਤਾ ਹੈ ਮਾਂ ਸੁਣੇ ਦਾਦੀ ਖੜੀ ਮੇਰੇ ਪਿਓ ਦਾ ਤਖਤ ਉਹ ਸੰਭਾਲ ਕੀ ਦਈ ਕਾਨੂੰਨ ਦੇ ਬਦਲਾ ਨਹੀਂ ਹੱਕ ਨਾ ਪਿਆ ਦੇ ਹੌਸਲੇ ਨਾਲ ਮਜਲਿਸ ਮੇਰੇ ਹਿੱਸੇ ਦੀ ਹੋ ਗਈ ਮਜਲਿਸ ਮੇਰੇ ਹਿੱਸੇ ਦੀ ਹੋ ਗਈ ਯਕੀਨਨ ਮੈਂ ਦੇ ਦੱਬੀਆਂ ਰੋਣ ਦਾ ਹੱਕ ਅਦਾ ਕਰ ਛੋੜਾਵੇ ਮੈਂ ਪਹਿਲੇ ਆਖਿਆ ਮੈਂ ਤੁਹਾਡੀ ਤਾਦਾਦ ਨਹੀਂ ਦੇਖਣੀ ਨਾ ਮੈਂ ਜ਼ਾਕਰੀ ਮਨਾਉਣੀ ਹੈ ਇਹ ਘਰ ਮੈਂ ਕੋਸ਼ਿਸ਼ ਕਰੇ ਸਾਂ ਪੜ੍ਹਾਂ ਇਵੇਂ ਜਿਵੇਂ ਹਜ਼ਾਰਾਂ 'ਚ ਪੜ੍ਹੀਂਦਾ ਮਾਤਮ ਦਾ ਹੱਕ ਬਚਦਾ ਦੱਸ ਗਈਆਂ ਨਾ ਪਹਿਲੇ ਦੁੱਖ ਉਹਦੇ ਪੜ੍ਹਨੇ ਜਾਂਦੇ ਤੂੰ ਦੁੱਖਾਂ ਦੀ ਇਬਤਦਾ ਹੋਈ ਹੈ ਹੁਣ ਪੱਥਰ ਦਾ ਦਿਲ ਹੀ ਕਾਬੂ ਕਰ ਮੈਂ ਹੱਥ ਦੇਖ ਸਾਂ ਕਿਤਨੇ ਜਿਹੜੇ ਅੱਲਾ ਬਣਾਇਆ ਵੀ ਮਾਤਮ ਵਾਸਤੇ ਆਦੀ ਦੁਆ ਮੰਗ ਮੈਂ ਹੁਣੇ ਮਰ ਵਈਆਂ ਸਯਦਾ ਦਾ ਮੌਤ ਕਿਉਂ ਮੰਗਦੀ ਹੈ ਆਦੀਆ ਕਿਵੇਂ ਨਾ ਮੰਗਾਂ ਮੇਰੀ ਧੀ ਦੇ ਦਰਬਾਰ ਸਯਦਾ ਦੇ ਆਪਣੀ ਧੀ ਦਾ ਇੱਕ ਦਰਬਾਰ ਡਿੱਠੇ ਹੀ ਬਰਦਾਸ਼ਤ ਨਹੀਂ ਵੀ ਕੀਤਾ ਉੱਠੀ ਬਾਏ ਹੁਣ ਮੇਰੀਆਂ ਧੀਆਂ ਦਾ ਬਾਜ਼ਾਰ ਦੇਖ ਨਬੀ ਇਹਨਾਂ ਕੇ ਨਬੂਵਤ ਲਈਏ ਕਦਮਾਂ ਤੇ ਮੱਥਾ ਮਾਰ ਕੇ ਆਦੀਆ ਦੱਸਾਏ ਰੱਸੀਆਂ ਵਾਲੀ ਕੌਣ ਜਿਹੜੀ ਆਦੀ ਵਧੀਆ ਚਾਦਰ ਦੇਵੋ ਮੌਲਾ ਇਬਾਦਤ ਮੰਜ਼ੂਰ